ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਧੂਰੀ ਵਿਖੇ ਬਸੰਤ ਪੰਚਮੀ ਦਾ ਤਿਉਹਾਰ ਬੜੀ ਧੂਮਧਾਮ ਨਾਲ ਮਨਾਇਆ ਗਿਆ, ਜਿਸ ਦੀ ਖੁਸ਼ੀ ਵਿੱਚ ਮੰਦਿਰ ਵੈਲਫੇਅਰ ਸੁਸਾਇਟੀ ਵੱਲੋਂ ਬਾਬਾ ਬੰਸਰੀ ਵਾਲਾ ਅਤੇ ਬਾਬਾ ਗੋਦੜੀ ਵਾਲਾ ਸ਼ਿਵ ਮੰਦਿਰ ਨੂੰ ਦੁਲਹਨ ਦੀ ਤਰ੍ਹਾਂ ਸਜਾਇਆ ਗਿਆ। ਸੰਗਤਾਂ ਦੂਰ ਦੂਰ ਤੋਂ ਇੱਥੇ ਆਪਣੀਆਂ ਮੁਰਾਦਾਂ ਪੂਰੀਆਂ ਕਰਨ ਲਈ ਸੋਨੇ ਚਾਂਦੀ ਅਤੇ ਲੱਕੜੀ ਦੀਆਂ ਬੰਸਰੀਆਂ ਸਮੇਤ ਮੱਥਾ ਟੇਕ ਕੇ ਆਪਣੀ ਹਾਜ਼ਰੀ ਲਗਵਾਉਂਦੀਆਂ ਹਨ। ਇਹ ਮੇਲਾ ਸਵੇਰੇ 9 ਵਜੇ ਤੋਂ ਸ਼ੁਰੂ ਹੋ ਕੇ ਰਾਤ 9 ਵਜੇ ਤੱਕ ਚੱਲਿਆ। ਉੱਥੇ ਹੀ ਮੰਦਿਰ ਦੇ ਦਰਸ਼ਨ ਕਰਨ ਪਹੁੰਚੀਆਂ ਸੰਗਤਾਂ ਲਈ ਲੰਗਰ ਦਾ ਖਾਸ ਪ੍ਰਬੰਧ ਕੀਤਾ ਗਿਆ। ਗੁਰੂ ਘਰ ਵਿੱਚ ਟੁੱਟ ਲੰਗਰ ਵਰਤਾਇਆ ਗਿਆ ਅਤੇ ਲੋਕਾਂ ਵੱਲੋਂ ਵੀ ਬੜੀ ਸ਼ਰਧਾ ਨਾਲ ਲੰਗਰ ਛਕਿਆ ਗਿਆ। ਜਿੱਥੇ ਵੱਖ ਵੱਖ ਥਾਵਾਂ ਤੋਂ ਸ਼ਰਧਾਲੂਆਂ ਨੇ ਆਪਣੀ ਹਾਜ਼ਰੀ ਲਗਵਾਈ, ਉੱਥੇ ਹੀ ਵੱਖ ਵੱਖ ਜਥੇਬੰਦੀਆਂ ਦੇ ਆਗੂਆਂ ਨੇ ਵੀ ਇਸ ਪਵਿੱਤਰ ਤਿਉਹਾਰ ਵਿੱਚ ਸ਼ਿਰਕਤ ਕੀਤੀ। ਤੁਸੀਂ ਦੇਖ ਰਹੇ ਹੋ ਧੂਰੀ ਤੋਂ ਸੁਰਿੰਦਰ ਸਿੰਘ ਦੀ ਰਿਪੋਰਟ। ਸਭ ਤੋਂ ਪਹਿਲਾਂ ਤਾਂ ਮੈਂ ਅੱਜ ਦੇ ਇਸ ਪਵਿੱਤਰ ਦਿਹਾੜੇ ਉੱਤੇ ਮੈਂ ਮੁਬਾਰਕਬਾਦ ਦਿੰਦਾ ਅਤੇ ਇਸ ਸਥਾਨ ਦੀ ਜਿਹੜੀ ਮਹੱਤਤਾ ਹੈਗੀ ਹੈ ਉਹ ਧੂਰੀ ਪਿੰਡ ਦੇ ਬਜ਼ੁਰਗਾਂ ਵੱਲੋਂ ਅਤੇ ਦੌਲਤਪੁਰ ਦੇ ਬਜ਼ੁਰਗਾਂ ਨੂੰ ਮਿਲੀ ਜਾਣਕਾਰੀ ਅਨੁਸਾਰ ਇੱਥੇ ਕੁਝ ਬਰਾਗੀ ਸੰਤ ਇਸ ਟਿੱਲੇ ਉੱਤੇ ਰਹਿੰਦੇ ਸੀ। ਉਹਨਾਂ ਵਿੱਚ ਜਿਹੜੇ ਬਾਬਾ ਬੰਸਰੀ ਵਾਲੇ ਬਾਬਾ ਜੀ ਇਸ ਸਥਾਨ 'ਤੇ ਰਾਤ ਨੂੰ ਵਿਸ਼ਰਾਮ ਕਰਿਆ ਕਰਦੇ ਸਨ ਅਤੇ ਉਹਨਾਂ ਦਾ ਅੰਤਮ ਸਰੀਰ ਵੀ ਉਹਨਾਂ ਨੇ ਇੱਥੇ ਤਿਆਗਿਆ। ਉਹਨਾਂ ਦੀ ਜਾਣਕਾਰੀ ਅਨੁਸਾਰ ਸਾਨੂੰ ਇਹ ਵੀ ਪਤਾ ਲੱਗਿਆ ਕਿ ਉਹਨਾਂ ਦਾ ਜਿਹੜਾ ਜਦੋਂ ਕਹਿ ਪ੍ਰਲੋਕ ਗਮਨ ਹੈ ਉਹ ਬਸੰਤ ਵਾਲੇ ਦਿਨ ਹੋਇਆ, ਜਿਸ ਕਰਕੇ ਇਸ ਦਾ ਨਾਮ ਬਾਬਾ ਬੰਸਰੀ ਵਾਲਾ ਅਤੇ ਉਹਨਾਂ ਦੇ ਇੱਕ ਅਨੰਦ ਭਗਤ ਬਾਬਾ ਗੋਦੜੀ ਵਾਲਾ ਵੀ ਹੋਏ ਨੇ, ਜਿਹੜੇ ਕਿ ਉਹ ਹਮੇਸ਼ਾ ਉਹਨਾਂ ਦੇ ਨਾਲ ਰਹਿੰਦੇ ਤੇ ਉਹਨਾਂ ਨੇ ਵੀ ਆਪਣਾ ਚੋਲਾ ਇੱਥੇ ਤਿਆਗਿਆ ਅਤੇ ਉਹਨਾਂ ਦੀ ਸਮਾਧ ਵੀ ਇੱਥੇ ਬਣੀ ਹੋਈ। ਇਹ ਤੁਸੀਂ ਜਿਹੜਾ ਤਿਉਹਾਰ ਮਨਾਇਆ ਜਾਂਦਾ ਆਏ ਸਾਲ ਮਨਾਉਂਦੇ ਆ, ਕਿੰਨੇ ਕੁ ਸਾਲਾਂ ਤੋਂ ਚੱਲਦਾ? 8 ਸਾਲ ਤੋਂ ਤਕਰੀਬਨ ਉਹਨਾਂ ਕਹਿ 50-60 ਸਾਲਾਂ ਤੋਂ ਉਹਨਾਂ ਕਹਿ ਹੋ ਰਿਹਾ ਚੱਲ। ਠੀਕ ਹੈ, ਅਤੇ ਉਹ ਜੋ ਭਗਤ ਇੱਥੇ ਆਪਣੀਆਂ ਮਨੋਕਾਮਨਾ ਲੈ ਕੇ ਆਉਂਦੇ ਨੇ ਉਹ ਪੂਰੀਆਂ ਹੁੰਦੀਆਂ ਨੇ, ਇਸ ਕਰਕੇ ਸਵੇਰ ਤੋਂ ਲੈ ਕੇ ਸ਼ਾਮ ਤੱਕ ਰਾਤ ਦੇ 10 ਵੱਜ ਜਾਂਦੇ ਨੇ ਭਗਤ ਸ਼ਰਧਾ ਲੈ ਕੇ ਆਪਣੀਆਂ ਮਨੋਕਾਮਨਾ ਪੂਰੀਆਂ ਕਰਾਉਣ ਲਈ ਆਸ਼ੀਰਵਾਦ ਪ੍ਰਾਪਤ ਕਰਦੇ। ਧੰਨਵਾਦ।